ਵੀ ਘਰੋਂ ਚ ਨਹੀਂ ਨਿਕਲੇ। ਉਹ ਤਾਂ ਅਖੀਰਲੇ 6 ਮਹੀਨੇ ਇਲੈਕਸ਼ਨ ਤੋਂ ਪਹਿਲੇ ਉਹ ਆਏ, ਇੰਨਾ ਝੂਠ ਬੋਲਿਆ, ਇੰਨਾ ਝੂਠ ਬੋਲਿਆ ਕਿ ਲੋਕੀ ਜਨਤਾ ਗੁੰਮਰਾਹ ਹੋ ਗਈ। ਉਹਨਾਂ ਦੇ ਨਾਲ ਟੋਪੀ ਵਾਲੇ ਰਲ ਗਏ, ਉਹ ਦੋਨੋਂ ਇਕੱਠੇ ਕਾਂਗਰਸ ਦੇ ਟੋਪੀ ਵਾਲੇ ਇਕੱਠੇ ਹੋ ਗਏ, ਝੂਠ ਤੇ ਝੂਠ ਬੋਲਣ ਲੱਗੇ। ਸਿਆਣੇ ਕਹਿੰਦੇ ਆ ਕਿ ਜੇ ਲਗਾਤਾਰ ਝੂਠ ਬੋਲਦੇ ਰਹੋ ਲੋਕੀ ਉਹਨੂੰ ਸੱਚ ਸਮਝਣ ਲੱਗ ਜਾਂਦੇ ਆ। ਉਹਨਾਂ ਨੇ ਪੰਜਾਬ ਨੂੰ, ਨੌਜਵਾਨੀ ਨੂੰ ਬਦਨਾਮ ਕੀਤਾ। ਪਹਿਲੇ ਉਹਨਾਂ ਨੇ ਕਿਹਾ ਕਿ 70% ਪੰਜਾਬ ਦੇ ਨੌਜਵਾਨ ਨਸ਼ੇੜੀ ਕਰ ਦਿੱਤੇ ਅਕਾਲੀ ਸਰਕਾਰ ਨੇ। ਤੇ ਮੈਂ ਪੁੱਛਣਾ ਚਾਹੁੰਦਾ, 1 ਸਾਲ ਹੋ ਗਿਆ, ਕਿਹੜੇ ਵੱਡੇ ਜੇ ਸਮਗਲਰ ਨੂੰ ਤੁਸੀਂ ਪੜ੍ਹਿਆ ਮੈਨੂੰ ਦੱਸੋ। ਜੇ ਅੱਜ ਕੈਪਟਨ ਸਾਹਿਬ ਕਹਿੰਦੇ ਹੁਣ ਇੱਧਰ ਨਸ਼ਾ ਖਤਮ ਹੋ ਗਿਆ, ਗੁੰਡਾ ਟੈਕਸ ਇਹਨਾਂ ਦੇ ਮੰਤਰੀ ਲਗਾ ਰਹੇ ਆ, ਜਿਹੜੇ ਰੇਤੇ ਦਾ ਕੰਮ, ਸ਼ਰਾਬ ਦੀ ਤੁਸੀਂ ਦੇਖੋ ਸਾਰੀ ਸਮਗਲਿੰਗ ਆਪਣੇ ਹਰਿਆਣੇ ਤੋਂ ਇੰਨਾ ਕਾਂਗਰਸੀ ਐਮਐਲਏ ਇੱਥੇ ਕਰ ਰਹੇ ਹੈ। ਮੈਨੂੰ ਬੜਾ ਹੈਰਾਨਗੀ ਆਉਂਦੀ ਹੈ, ਆ ਕਹਿੰਦੇ ਆ ਰੋਜ਼ ਬਿਆਨ ਆਉਂਦਾ ਕਿ ਸਾਥੋਂ ਅਸੀਂ ਕੁਛ ਨਹੀਂ ਕਰ ਸਕਦੇ ਕਿਉਂਕਿ ਖਜ਼ਾਨਾ ਖਾਲੀ ਹੋ ਗਿਆ। ਪਹਿਲੀ ਗੱਲ, ਸਰਕਾਰਾਂ ਦਾ ਖਜ਼ਾਨਾ ਕਿਤੇ ਖਾਲੀ ਨਹੀਂ ਹੁੰਦਾ, ਖਾਲੀ ਤਾਂ ਹੁੰਦਾ ਜੇ ਤੁਹਾਡੇ ਟੈਕਸ ਲਾਉਣੇ ਬੰਦ ਕਰ ਦੇਣ, ਜੇ ਤੁਹਾਨੂੰ ਬਿਜਲੀ ਮੁਫ਼ਤ ਕਰ ਦੇਣ ਘਰ ਦੀ ਕਾਰਖਾਨਿਆਂ ਦੀ, ਫਿਰ ਕਹਿ ਸਕਦੇ ਖਜ਼ਾਨਾ ਖਾਲੀ ਹੋ ਗਿਆ। ਜੇ ਤੁਹਾਡੇ ਵੈਟ ਤੇ GST ਲਾਉਣਾ ਬੰਦ ਕਰ ਦੇਣ ਤੁਸੀਂ ਕਹਿ ਦਿਓ ਖਜ਼ਾਨਾ ਖਾਲੀ ਹੋ ਗਿਆ। ਜੇ ਰਜਿਸਟਰੀ ਆ ਮੁਫ਼ਤ ਕਰ ਦੇਣ ਕਹਿ ਦਿਓ ਖਜ਼ਾਨਾ ਖਾਲੀ ਹੋ ਗਿਆ। ਜੇ ਬੱਸਾਂ ਸਫ਼ਰ ਕਰਨਾ ਮੁਫ਼ਤ ਕਰ ਦੇਣ ਫਿਰ ਕਹਿ ਦਿਓਗੇ ਖਜ਼ਾਨਾ ਖਾਲੀ ਹੋ ਗਿਆ। ਪਰ ਜੇ ਤੁਸੀਂ ਹਰ ਚੀਜ਼ ਟੈਕਸ ਲਾ ਰਹੇ ਹੋ, ਟੈਕਸ ਵਧਾ ਦੇ, ਬਿਜਲੀ ਦੇ ਰੇਟ ਵਧਾ ਦੇ, ਤੇ ਫਿਰ ਕਿਵੇਂ ਕਹਿ ਸਕਦੇ ਖਜ਼ਾਨਾ ਖਾਲੀ ਹੈ? ਅਸਲੀ ਗੱਲ ਹੈ ਗੱਡੀ ਚਲਾਉਣੀ ਨਹੀਂ ਆਉਂਦੀ ਨਾ। ਸਹੀ ਦੱਸਾਂ, ਇਹਨਾਂ ਨੇ ਇੱਕ ਮਨ ਬਣਾ ਸੀ, ਮੈਂ ਤਾਂ ਕਾਂਗਰਸੀਆਂ ਨਾਲ ਗੱਲ ਕਰ ਰਿਹਾ ਸੀ, ਮੈਂ ਕਿਹਾ ਤੁਸੀਂ ਇੰਨੇ ਵਾਅਦੇ ਕਿਉਂ ਕੀਤੇ? ਕਹਿੰਦੇ ਅਸੀਂ ਮਨ ਬਣਾ ਲਿਆ ਸੀ, ਅਸੀਂ ਜਦੋਂ ਕੈਪਟਨ ਸਾਹਿਬ ਨਾਲ ਬੈਠੇ ਅਸੀਂ ਫੈਸਲਾ ਕਰ ਲਿਆ ਜੇ ਐਤੀ ਸਰਕਾਰ ਲਾਈ ਨਾ ਕਾਂਗਰਸ ਖਤਮ ਹੋ ਜੂ, ਇਸ ਕਰਕੇ ਜਿੰਨਾ ਮਰਜ਼ੀ ਵੱਡਾ ਵਾਅਦਾ ਕਰਨਾ ਪਏ ਕੇਰਾ ਸਿੰਘਾਂ ਨੂੰ ਹੱਥ ਪਾ ਕੇ ਸਰਕਾਰ ਬਣਾ ਲਈਏ, ਬਾਅਦ ਚ ਪਦਵਾਲ ਨਹੀਂ ਕੇਰਾ ਤੇ ਸਰਕਾਰ ਬਣਾਉਣੀ ਬਣਾਉਣੀ ਹੈ। ਕਿਉਂਕਿ ਪੰਜਾਬ ਦੇ ਲੋਕ ਤਾਂ ਹਰ ਵਾਰ ਅਕਾਲੀ ਦਲ ਨੂੰ ਵੋਟ ਪਾਉਂਦੇ ਰਹਿੰਦੇ ਸੀ, ਉਹ ਕਹਿੰਦੇ ਕਾਬੂ ਕਿਵੇਂ ਕਰੀਏ, ਇਹਦਾ ਐਤੀ ਕੋਈ ਗੱਲ ਨਹੀਂ। ਉਹ ਕਹਿੰਦਾ ਤੁਹਾਨੂੰ ਮੁਫ਼ਤ ਆ ਦਊਂਗਾ, ਮੁਫ਼ਤ ਆ ਦਊਂਗਾ, ਆ ਮੁਫ਼ਤ ਕਰ ਦਊਂਗਾ, ਨੌਕਰੀ ਘਰ ਕਰ ਦਊਂਗਾ, ਇਹਦਾ ਕਿਹੜਾ ਸਰਕਾਰ ਬਣਾ ਲਓ, ਬਾਅਦ ਤੋਂ ਦੇਖੂਗਾ ਕੀ ਹੁੰਦਾ। ਹੁਣ ਜਿਹੜੇ ਮੁੰਡਿਆਂ ਨੂੰ ਨੌਕਰੀ ਦਿੱਤੀ ਸੀ ਨੌਕਰੀ ਤਾਂ ਛੱਡ ਦਿਓ, ਉਹ ਸਰਕਾਰੀ ਨੌਕਰਾਂ ਨੂੰ 1 ਮਹੀਨਾ ਹੋ ਗਿਆ ਤਨਖਾਹ ਨਹੀਂ ਮਿਲੀ, ਆ ਬੈਠੇ ਆ ਸਾਡੇ। ਪਰ ਅਸੀਂ ਇਸ ਸਰਕਾਰ ਕਾਂਗਰਸੀ ਸਰਕਾਰ ਨੂੰ ਭੱਜਣ ਨਹੀਂ ਦੇਵਾਂਗੇ। ਜੇ ਤੁਹਾਡੇ ਨਾਲ ਬੇਇਨਸਾਫੀ ਕਰਨ ਲੱਗਣਗੇ, ਜੇ ਤੁਹਾਡੇ ਟਿਊਬਾਂ ਦੇ ਬਿੱਲ ਲਾਉਣ ਦੀ ਕੋਸ਼ਿਸ਼ ਕਰਨਗੇ, ਜੇ ਹੋਰ ਟੈਕਸ ਲਾਉਣ ਦੀ ਕੋਸ਼ਿਸ਼ ਕਰਨਗੇ, ਅਕਾਲੀ ਦਲ ਲੜਾਈ ਲੜੂਗਾ ਤੁਹਾਡੇ ਅੱਗੇ ਹੋ ਕੇ, ਅਕਾਲੀ ਦਲ ਲੜਾਈ।